आना खालो ते खुए ऊपर सब मैं कबूल खुदा दे। कोल कुए दे ओ सदागर डेरा दस्त डीठो ने शायद इना न काले आहोवे जलद के आस की दोने। केर ले आकर वाना ताई दे फरमानल गे आया खूब च कड़िया बरदा साडा बेशक तुसाए चराया। दियो शताबी जाने तो सानू ते जेकर होवे प्यारी नहीं ता खरी है कर नहीं जांदी ओम तो साडी है सारी। छोड़े साहब शेर दहशत नाग आवाजा गदवों ते नारा सख्त मोरे सा नाल असवाब सोने करवाना मार फनावे कर सा। बहुत हैरान सदा कर होए ते जज्बा वेख उना दा पर दे बिचों हजरत यूसुफ हाजर पास ले आंदा। मुंह ते परदा पाया यूसुफ डाडी दहशत आई मोला जाने अज क्या कर सन हक मेरे बेच भाई। अर्जा करे सोता कर मालक हो कर बहुत निमाना ऐसे योग गला मना हो मन करियो को भरे वाना। रखो सर कोई गल नहीं आखू ना कर कदे ना डीठी ऐसी है सूरत सिरत बादशाह दी एले ए बादत खासा ताई ये गल कई ना जांदी। ता दूध भी फड़काई कीता था तुसीं गुस्सा कर शाम हुन यूसुफ नू ते बोलिया नाल दिलेरी जा तक दुआ करार ना करसी नहीं है खलासी है तेरी। उठ रही ले तमाचा लाया ते करे करार गलामी वकत मासी वत वेख यूसुफ रोग शुकर तुमारी। जल्दी गड्डी रुकनी ता यूसुफ मालक दाई ते में हां बेशक बरदा खास कलाम कदीम ने माना ताबे आधार अमरदा। दिलों ए आशारा रब अपने वाले फरमान सुनावे अमरों वाजों उजर ना मेरा जो कर उसनू ए पावे। इस हालत विच हजरत ताई ते इतनी है नरमी है होई गैरत गुस्सा पाया ऊपर मूड न आया कोई। अल्लाह तेरी सुबह करन रोवायत करे जो नरमी ते खेश पेवां दे उबारों अमला वाजों जन्नत पावे
ਖਾਲਕ ਦੀ ਸਰਕਾਰੋਂ। ਨਾਲ ਮੁਹੱਬਤ ਆਪਸ ਅੰਦਰ ਜੇਕਰ ਮਿਲ ਸੈਣਾ ਪਾਈ, ਸ਼ਾਨ ਸੁਹਾਵ ਕਮਾਲ ਇਬਾਦਤ ਹੱਕ ਦੇਣਾ ਦੇ ਆਈ। ਜੁਖੀ ਸ਼ਾਂ ਪਾਈਆਂ ਨਾਲ ਆਦਾਵਤ ਹਸਦ ਦੀਨਾ ਵਿੱਚ ਪਾਵਣ, ਜੇ ਸੋ ਅਮਲ ਕਮਾਵ ਇਬਾਦਤ ਕਰ ਸੈਨ ਅਜਰੋਂ ਖਾਲੀ ਜਮ। ਦੀਨੀ ਵੇ ਉਲਬਤ ਨੇਕ ਮੁਹੱਬਤ ਜਿਵੇਂ ਪਿਆਰ ਕਿਸੇ ਦਾ, ਉਸੇ ਕੋਰ ਅਦਾਲਤ ਅੰਦਰ ਉਸੀ ਏ ਪਿਆਰ ਰੱਬ ਦਾ। ਜੁਖੀ ਸ਼ਾਹਾਂ ਦੀ ਕਲੀ ਫਿਆ ਠਾਵਣ, ਨਾਨਕ ਸਣ ਪੋਚਾਵਣ, ਬਖਸ਼ੈਸ਼ ਇਤਨੀ ਏ ਰੱਬ ਦੀ ਏ ਪਾਵਣ, ਰਹਿਮਤ ਪਾਰ ਨਾ ਪਾਵਣ। ਜੋ ਜ਼ੁਲਮ ਕੈਨੂੰ ਤੈ ਕਲੀਫਾ ਚੱਲੇ, ਤੇ ਸਬਰ ਮਸੀਬੇ ਤੋਂ ਪਾਵੇ, ਵਕਤ ਅਦਾਲਤ ਉਸਦੇ ਕੋਲੋਂ ਸ਼ਰਮ ਖਾਦਾ ਨੂੰ ਆਵੇ। ਵਾਹ ਸੁਬਹਾਨ ਅੱਲਾ ਰੱਬ ਖਾਸਾ, ਮੁਸ਼ਕਲ ਵਕਤ ਲੰਘਾਇਆ, ਜਿਸ ਕੋਲੋਂ ਤੇ ਕਲੀਫਾ ਪਾਈਆਂ ਇਸ ਵਿੱਚ ਰਹਿਮ ਘੁਮਾਇਆ। ਇੱਕ ਸ਼ਖਸ ਕੋਈ ਇੱਕ ਜ਼ਾਲਮ ਫਾਸਕ ਨਾ ਕਾ ਜ਼ੁਲਮ ਘੁਮਾਵੇ, ਹਜ਼ਰਤ ਅਬਵਾਸ ਮਾਨ ਬਲੀ ਨੂੰ ਗਾਲੀ ਦਿੰਦਾ ਜਾਵੇ। ਕੋਈ ਜਵਾਬ ਨਾ ਉਸਨੂੰ ਹੈ, ਹਜ਼ਰਤ ਗੁੱਸੇ ਨਾਲ ਸਣਾਵਣ, ਸੁਣ ਸੁਣ ਗਾਲੀ ਕਰਨ ਤਹਮਲ ਨਾਲੇ ਟੁਰਦਾ ਜਾਵੇ। ਜਾਂਦਿਆਂ ਜਾਂਦਿਆਂ ਗਾਰਿਆ ਹਜ਼ਰਤ ਦਾ ਤੇ ਜਿਸ ਦਾ ਵਾ ਨੇੜੇ ਆਇਆ, ਗਾਲੀ ਦੇ ਮਨ ਵਾਲੇ ਤਾਈ ਨਾਲ ਪਿਆਰ ਸੁਣਾਇਆ। ਠਹਿਰ ਖਾਲੋ ਤੇ ਵਿੱਚ ਗਲੀ ਦੇ ਆਖਣ ਉਸਨੂੰ ਪਾਈ, ਕਰ ਲੈ ਬਾਤ ਖਾਲੋ ਕਰ ਇੱਥੇ ਜੋ ਤਦ ਮਰਜ਼ੀ ਆਈ। ਖੋਬ ਕਰਾਮਤ ਖੀਸ਼ਿਆ ਸਾਡੇ ਤੇ ਸੁਣ ਕਰ ਮਾਰਨ ਤੈਨੂੰ, ਮੇਰੇ ਬਾਰੋਂ ਦੂ ਦੁੱਖ ਪਾਵੀ ਬਾਤ ਨਾ ਪਾਵੇ ਉਹ ਮੈਨੂੰ। ਆਏ ਨਾ ਸਮਝ, ਕੋਈ ਇਕੱਲਾ ਕੋ ਬਲੀ ਦਿਓ ਰਸਤੇ ਜਾ ਸਕਦੇ, ਪਿੱਛੇ ਦੂਗੋ ਤੇਰਾ ਇੱਥੇ ਚੌਂਕ ਦੇ ਲਗਾ ਲੈ ਵਾਲਾ ਅਸਰ ਹਦਾਇਤ ਕੀਤਾ ਉਸਨੂੰ ਫਜ਼ਲੋ ਹੱਕ ਓ ਤਾਲਾ। ਸੁਣੋ ਹਕੀਕਤ ਜਿਸ ਦਾ ਮੈਂ ਯੂਸਫ ਨਾਮ ਗੁਲਾਮ ਸੁਦਾਇਆ, ਸੁਣ ਕਰ ਬਾਦ ਸੌਦਾਗਰ ਮਾਲਕ ਇਤਨਾ ਅਰਜ਼ ਸੁਣਾਇਆ।
ਇਹ ਵਰਦਾ ਤੁਸੀਂ ਜੇ ਕਰ ਵੇਚੋ ਮੈਂ ਕੁਝ ਕੀਮਤ ਦੇਸਾਂ। ਕਹਿਣ ਲੱਗੇ ਅਸੀਂ ਵੇਚਾਂ ਇਸ ਨੂੰ ਉਹ ਨਾ ਸਿੱਧ ਕਰ ਸਾਂ। ਪਰ ਇਸ ਵਿੱਚ ਐਬ ਜੋ ਹੋ ਮਨ ਕਰਾਂ ਤੁਸੀਂ ਮਨਜ਼ੂਰੀ ਮਾਲਕ ਕਿਆ ਬਿਆਨ ਸੁਣਾਓ ਜਿਵੇਂ ਹਕੀਕਤ ਪੂਰੀ। ਕਹਿਣ ਲੱਗੇ ਕੁਝ ਆਦਤ ਉਸਦੀ ਤੇ ਖੁਆਬਾਂ ਝੂਠ ਸੁਣਾਵੇ ਚੋਰੀ ਹੈ ਮਾਲ ਬਗਾਨੇ ਕੋਲੋਂ ਇਸ ਨੂੰ ਹੈ ਖੌਫ ਨਾ ਆਵੇ। ਮਾਲਕ ਅਗਿਆ ਸਿਫਤ ਜੋ ਇਸਦੀ ਦਇਆਵ ਤੁਸਾਂ ਬਰਮਾਈ ਆਪੇ ਬੋਲੋ ਕੀ ਮੈਂ ਤਾਂ ਇਸਦੀ ਜੋ ਕਰ ਲਾਇਕ ਆਈ। ਆਪਸ ਅੰਦਰ ਕਰਨ ਕਲਾਮਾਂ ਤੇ ਬੇਲਾ ਬਹੁਤ ਬਿਹਾਣਾ ਹਲਾ ਬੇ ਉਗਰ ਚੋ ਪਤਾ ਹਜ਼ਰਤ ਉਹ ਕਰ ਬਹੁਤ ਨੀ ਮਨਾ। ਸੁਣ ਸੁਣ ਬਾਤਾਂ ਤੂੰ ਕਰ ਬਾਂਦੀ ਤੇ ਦਿਲੋਂ ਹੈ ਕਿ ਆਸ ਉਠਾਵੇ ਵੇਖਾ ਹੁਣ ਅੱਜ ਸੂਰਤ ਮੇਰੀ ਕਿਤਨੀ ਹੈ ਕੀਮਤ ਪਾਵੇ। ਬੜਾ ਸੁਤਾਗਰ ਗਣੀਏ ਤੋ ਬੰਸਰ ਸਾਹਿਬ ਮਾਲ ਦਸੀਵੇ ਨਹੀਂ ਹੈ ਆਮਿਰ ਜੋ ਕੀਮਤ ਮੇਰੀ ਇਸ ਦੀ ਹੈ ਪੂਰੀ ਹੈ ਜੀਵੇ। ਕੀਮਤ ਕਿੰਨੀ ਪੈਣੀ ਮੇਰੀ ਹੋਣੀ ਨਹੀਂ ਹੋਣੀ ਮੁੜ ਕੇ ਆਖਰ ਸਾਹਿਬ ਤੇ ਮਾਲਕ ਅਰਜ ਸੁਣਾਉਂਦਾ ਅਸਲ ਪੁੱਛੋ ਤਾਂ ਮੈਂ ਦੀਏ ਇਸਦਾ ਮੁੱਲ ਨਾ ਦਿੱਤਾ ਏ ਜਾਂਦਾ। ਥੋੜੀਆਂ ਗੁਲਮਾਂ ਮਜਲਸ ਅੰਦਰ ਮਾਲਕ ਕੱਢ ਬੋਖਾਵੇ ਨਾ ਕਸ ਖੋਟਾ ਮਾਲ ਤੋ ਮੰਮੀ ਬੈਨ ਮਸੂਦ ਬਤਾਵੇ। ਬੀਦੁਰ ਮਾਦੀ ਕਰਨ ਰਵਾਇਤ ਵਾਸੇ ਆਖਣ ਠਾਰਾਂ ਸਾਡੇ ਚਾਰ ਰੁਪਈਏ ਜੀਵਣ ਵੇਖ ਅੱਲਾ ਦੀਆਂ ਕਾਰਾਂ। ਐ ਪੈਰੇ ਦੁਰਮਾ ਜੋ ਮਾਲਕ ਕੀਮਤ ਕਾਰਨ ਤਰੀਆਂ ਕਾਰਤ ਜਾਰਤ ਮੁਲਕਾਂ ਅੰਦਰ ਕਿਸੇ ਮਕਾਨ ਨਾ ਤਰੀਆਂ। ਆਰ ਆਖਣ ਵਾਜ ਗਣਾ ਹੁੰਦੇ ਘਟਾ ਸ਼ਾਨ ਜੀਨਾ ਦਾ ਸਬਰੋਂ ਸ਼ੁਕਰੋਂ ਮੋਲਾ ਕਰਸੀ ਸ਼ਾਨ ਬੁਲੰਦ ਦੇਣਾ ਦਾ। ਜੋ ਮੋਮਨ ਅੱਜ ਰੱਬ ਨੂੰ ਐ ਪੂਜਣ ਵਾਤਣ ਅੰਦਰ ਪਿਆਰੇ ਅਲਕਾ ਜ਼ਹਿੰਦ ਅੱਲਾ ਜ਼ਮੀ ਕਿਆ ਰਸੂਲ ਸਹਾਰੇ ਜੀਨਾ ਨੂੰ ਮਸਕੀਨ ਨੇ ਮਾਣੇ ਤੇ ਨਜ਼ਰ ਪਸੰਦ ਨਾਇਆ ਮਣ ਮੈਂ ਸ਼ਰੇ ਅੰਦਰ ਸਰਵਾਰ ਆਲਮ ਸਭ ਤੋਂ ਦੂਰ ਕਰਾਮਣ। ਕਿਆ ਮਸਕੀਨੀ ਦਰਜਾ ਪਾਇਆ ਤੇ ਦਰਿਆ ਨਾਲ ਬੋਕਾਇਆ ਹੈਰਤ ਹਾਕਾਰ ਬੇੜੀਏ ਵਾਂਗੂ ਡੋਲਿਆ ਅਰਸ਼ ਰੇ ਬਾਣਾ।
रब गैरू जार और हाकम शोकी रण ना देंदा लखी है कीमत लाला ताई कोटी है कदर को रेंदा नाले ने मानिया मानन करिए ते डरिए करे कहारों इके सुखन गैरत होंदी हाल कदी सरकारों जिसनों रब ने इज्जत बख्शी ते उसकी आप बनाया जिसनों बख्शी रब मस्कीनी उसका दखल किया हमन आजाए ये रब देवे ते हमद हजारा करिए लेंदा देंदा देर ना लावे गैरत रब दिए डरिए कुल महबूबा ये मैं कबूला नबिया हाल जड़ी वे कौन यासी की जात या साड़ी लम्मी है नजर का जीवे इको सुखन आवाजा कीता ते कोटे मुल बोकाना उसे बात निभाना कीता ओ महबूब रे वाना अल्लाह तेरी सर करिए करे मैयल दीन रवायत नुकरा करो भाई कदर यूसुफ दा पाइया ताई बातें खबर ना काई कदर मालूम याकूब नबी नो ते जिसने पीट लगाई बेकदरी बेच आली है दौलत पाइया मुफ्त खड़ाई जेकर बाप यूसुफ दे कोनो ते कीमत पुछदा कोई आलम अंदर मालम होंदी कितनी है कीमत होए कदर यूसुफ दा पाइया ताई ते जे रब हाल जंदा कीमत देकर यूसुफ ताई कौन खरीद ले जांदा हजार अठारह आलम शाहिद जेकर तजो देंदे एदी नाकस कीमत उसदी सब कारोबार करेंदे कदर ईमान मालूम जे होंदा ते कोई शरीक करेंदा जेकर जन्नत अखिए दिसदा सब कुछ सब कोई देंदा हुआ शहर नब आलम उसते गलियां बेच फरमावण साडा कदर जीना कुछ जानता दर्दी ये छोड़ ना जावण मीबर मावे काफल बंदे तू क्या जाने मैनू दुनिया